ਵੈਲਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਹੁਸੈਨ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਹੁਸੈਨ ਜੋਈਆ। ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੇਰੀ ਕੋਸ਼ਿਸ਼ ਡੇਲੀ ਇਹ ਹੀ ਹੁੰਦੀ ਹੈ ਕਿ ਨਵੀਂ ਤੋਂ ਨਵੀਂ ਵੀਡੀਓ ਦੇਵਾਂ ਦੋਸਤਾਂ ਨੂੰ, ਭਾਵੇਂ ਮੈਨੂੰ ਜਿੰਨਾ ਮਰਜ਼ੀ ਸਫ਼ਰ ਕਰਨਾ ਪਵੇ। ਅਤੇ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ, 3 ਬਾਖੜੀਆਂ ਮੱਝਾਂ ਦੀ ਜਨਾਬ। ਅਤੇ ਤੁਹਾਨੂੰ ਹੁਣ ਮੇਰਾ ਕੈਮਰਾਮੈਨ ਇੱਕ ਇੱਕ ਮੱਝ ਤੋਂ ਸ਼ੁਰੂ ਕਰ ਲਿਆਗਾ। ਇੱਕ ਨੰਬਰ ਮੱਝ ਤੋਂ ਸ਼ੁਰੂ ਕਰ ਕੈਮਰਾਮੈਨ ਸਾਹਿਬ, ਅਤੇ ਇੱਕ ਇੱਕ ਚੀਜ਼ ਦਿਖਾ। ਮੱਝ ਨੰਬਰ 1 ਦੇਖੋ ਜੀ, ਕੈਮਰਾਮੈਨ ਸਾਹਿਬ ਮੱਝ ਨੰਬਰ 1 ਦਿਖਾਓ। ਮੇਰਾ ਕੈਮਰਾਮੈਨ ਅਤੇ ਮੈਂ ਤੁਹਾਨੂੰ ਮੱਝ ਨੰਬਰ 1 ਦਿਖਾ ਰਹੇ ਹਾਂ ਦੋਸਤੋ, ਮੱਝ ਨੰਬਰ 1 ਜੀ, ਮੱਝ ਨੰਬਰ 1 ਦੀ ਮੈਂ ਅਤੇ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਹਾਂ ਮੱਝ ਨੰਬਰ 1। ਇਹ ਮੱਝ ਨੰਬਰ 1 ਹੈ ਜੀ ਕੈਮਰਾਮੈਨ ਸਾਹਿਬ। ਮੱਝ ਨੰਬਰ 2 ਤਾਂ ਲਾਓ ਜੀ, ਇਹ ਜੀ ਮੱਝ ਨੰਬਰ 2 ਬੂਰੇ ਰੰਗ ਦੀ, ਮਾਸ਼ਾਅੱਲਾ ਮੱਝ ਨੰਬਰ 2 ਦਿਖਾ ਰਿਹਾ ਮੈਂ ਅਤੇ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਹੈ। ਮੱਝ ਨੰਬਰ 2 ਜੀ ਬੂਰੇ ਰੰਗ ਦੀ, ਮਾਸ਼ਾਅੱਲਾ। ਬਾਕੀ ਹਿਸਾਬ ਕਿਤਾਬ ਪੁੱਛਾਂਗੇ ਮਾਲਕ ਕੋਲੋਂ ਕਿ ਇਹਨਾਂ ਦਾ ਕਿੰਨਾ ਦੁੱਧ ਹੈ, ਕੀ ਹਿਸਾਬ ਕਿਤਾਬ ਹੈ, ਕਦੋਂ ਦੀਆਂ ਸੂਈਆਂ ਹੋਈਆਂ ਨੇ, ਪਹਿਲਣਾ ਨੇ, ਦੂਜਣਾ ਨੇ, ਤੀਜਣਾ ਨੇ, ਪੁੱਛਾਂਗੇ ਸਾਰੀ ਗੱਲਬਾਤ ਮਾਲਕ ਕੋਲੋਂ। ਮੱਝ ਨੰਬਰ 2 ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਔਰ ਤੁਸੀਂ ਦੇਖ ਰਹੇ ਹੋ ਮੱਝ ਨੰਬਰ 2। ਮੈਂ ਤਾਂ ਮੇਰਾ ਕੈਮਰਾਮੈਨ ਦਿਖਾ ਰਿਹਾ ਤੁਹਾਨੂੰ, ਕੈਮਰਾਮੈਨ ਸਾਹਿਬ ਮੱਝ ਨੰਬਰ 3 ਤਾਂ ਲੈ ਚਲੋ। ਇਹ ਜੀ ਮੱਝ ਨੰਬਰ 3 ਹੈ, ਇਹਦਾ ਹਿਸਾਬ ਕਿਤਾਬ ਕੀ ਹੈ ਇਹ ਪੁੱਛਾਂਗੇ ਮਾਲਕ ਕੋਲੋਂ, ਇਹ ਗੱਲਬਾਤ ਕਰਾਂਗੇ ਸਾਰੀ ਮਾਲਕ ਨਾਲ। ਕੈਮਰਾਮੈਨ ਸਾਹਿਬ ਚਾਰ ਚਫੇਰੋ ਘੁਮਾ ਘੁਮਾ ਫਰਾ ਕੇ ਮੱਝ ਨੂੰ ਦਿਖਾਓ। ਇਹ ਮੱਝ ਨੰਬਰ 3 ਹੈ ਜੀ, ਇਹ 3 ਬਾਖੜੀਆਂ ਮੱਝਾਂ ਨੇ ਜੀ। ਇਹ ਗੱਲ ਕਰਾਂਗੇ ਮਾਲਕ ਨਾਲ ਕਿ ਇਹਨਾਂ ਨਾਲ ਕੀ ਹਿਸਾਬ ਕਿਤਾਬ ਹੈ ਅਤੇ ਕੀ ਇਹਨਾਂ ਦਾ ਚੱਕਰ ਹੈ। ਕੈਮਰਾਮੈਨ ਸਾਹਿਬ ਆ ਜਾਓ। ਇਹ ਜੀ 3 ਮੱਝਾਂ ਨੇ, ਇਹਨਾਂ ਨੂੰ ਫਿਰ ਆਪਾਂ ਟਰਾ ਵੀ ਲਾਂਗੇ ਥੋੜ੍ਹਾ ਥੋੜ੍ਹਾ, ਤਾਂ ਕਿ ਕੋਈ ਪੈਰ 'ਚ ਕੰਡਾ ਛੰਡਾ, ਕੋਈ ਲੰਘ ਛੰਗ ਤਾਂ ਨਹੀਂ ਮਾਰਦੀਆਂ। ਕੈਮਰਾਮੈਨ ਸਾਹਿਬ ਆ ਜਾਓ। ਇਹ ਜੀ 3 ਮੱਝਾਂ ਨੇ ਅਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਮਾਲਕ ਨਾਲ ਕਿ ਇਹਨਾਂ ਦਾ ਕੀ ਹਿਸਾਬ ਕਿਤਾਬ ਹੈ। ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਨੇ ਜੀ? ਚਾਚਾ ਜੀ ਇਸ ਸਾਈਡ 'ਤੇ ਆਓ ਮਾੜੇ ਜੀ। ਕੀ ਨਾਂ ਹੈ ਚਾਚਾ ਜੀ ਤੁਹਾਡਾ? ਇਕਬਾਲ। ਭਾਈ ਇਕਬਾਲ, ਇਹ ਤੁਹਾਡੀਆਂ ਮੱਝਾਂ ਵੇਖੀਆਂ ਨੇ 3, ਇਹਨਾਂ ਦਾ ਕੀ ਹਿਸਾਬ ਕਿਤਾਬ ਹੈ, ਕਿਨਵੇਂ ਸੂਏ ਨੇ? ਇਹ ਜੀ ਪਹਿਲਣਾ ਹੈ। ਅੱਛਾ ਜੀ, 2 ਕਿੰਨੀਆਂ ਪਹਿਲਣਾ ਨੇ ਜੀ ਇਹਨਾਂ 'ਚੋਂ? 2 ਪਹਿਲਣਾ। ਅੱਛਾ ਜੀ, ਅੱਛਾ ਜੀ, ਇੱਕ ਕੈਮਰਾਮੈਨ ਸਾਹਿਬ ਇੱਧਰ ਲਾਓ ਜੀ। ਲਓ ਜੀ, ਇਹ ਮੱਝ ਨੰਬਰ 1 ਅਤੇ ਮੱਝ ਨੰਬਰ 2, ਇਹ ਪਹਿਲਾ ਪਹਿਲਾ ਸੂਆ ਨੇ ਦੋਵੇਂ ਹੀ, ਮੱਝ ਨੰਬਰ 1 ਅਤੇ ਮੱਝ ਨੰਬਰ 2। ਅਤੇ ਉਰੇ ਕਰ ਯਾਰ ਨਾ, ਕੈਮਰਾਮੈਨ ਸਾਹਿਬ ਇੱਧਰ ਲਾਓ। ਚਾਚਾ ਜੀ ਜਿਹੜੀ ਮੱਝ ਨੰਬਰ 3 ਨੇ, ਇਹ ਕਿਨਵੇਂ ਸੂਏ? ਦੂਜੇ ਸੂਏ। ਇਹ ਮੱਝ ਦੂਜੇ ਸੂਏ ਜੀ, ਮੱਝ ਨੰਬਰ 3 ਦੂਸਰੇ ਸੂਬੇ ਦੱਸ ਰਹੇ ਨੇ ਜੀ, ਮੱਝ ਨੰਬਰ 3 ਦੂਸਰੇ ਸੂਬੇ। ਅੱਛਾ ਚਾਚਾ ਜੀ, ਇਹ ਇਹਨਾਂ ਦੇ ਪਿੱਛੇ ਕੁਛ ਨਹੀਂ ਹੈਗਾ? ਪਿੱਛੇ ਕੁਛ ਨਹੀਂ, ਇਹ ਬਾਖੜੀਆਂ ਨੇ? ਬਾਖੜੀਆਂ, ਉਹ 1-5 ਮਹੀਨੇ ਦੀ ਗੱਭਣ। ਅੱਛਾ, ਉਹ 5 ਮਹੀਨੇ ਦੀ ਗੱਭਣ ਹੈ? 5 ਮਹੀਨੇ ਦੀ। ਮੱਝ ਨੰਬਰ 3 ਜੀ, ਮੇਰਾ ਭਾਈ ਬਤਾ ਰਿਹਾ ਹੈ ਕਿ 3-5 ਮਹੀਨਿਆਂ ਦੀ ਗੱਭਣ ਹੈ ਜੀ। ਚੈੱਕ ਕਰਾ ਕੇ ਦੇਣਗੇ ਜੇ ਅਗਰ ਕਿਸੇ ਦੋਸਤ ਲੈਣਾ ਹੋਵੇ ਤਾਂ, ਕਿਸੇ ਦੋਸਤ ਨੇ ਲੈਣੀ ਹੋਵੇ ਤਾਂ ਆਪਾਂ ਰੋਕ ਲਾਂਗੇ। ਦੁੱਧ 7 ਕਿਲੋ। ਦੁੱਧ ਕਿੰਨਾ ਚਾਚਾ ਜੀ 5 ਮਹੀਨਿਆਂ ਦੀ ਗੱਭਣ ਕੋਲੇ? 7 ਕਿਲੋ। 7 ਕਿਲੋ। ਲਓ ਜੀ, ਮੱਝ ਨੰਬਰ 3 ਕੋਲੇ 7 ਕਿਲੋ ਦੁੱਧ ਹੈ ਜੀ, ਅਤੇ 5 ਮਹੀਨਿਆਂ ਦੀ ਗੱਭਣ ਹੈ ਪੱਕੀ ਜੀ, ਭਾਵੇਂ ਕੋਈ ਚੈੱਕ ਕਰਾ ਕੇ ਲੈ ਜਾਏ। ਮੱਝ ਨੰਬਰ 2 ਤਾਂ ਲਾਓ ਕੈਮਰਾ ਸਾਹਿਬ, ਮੈਨ ਸਾਹਿਬ ਇੱਧਰ ਲਾਓ। ਅਤੇ ਇਹ ਮੱਝ ਨੰਬਰ 3 ਜੀ, ਇਹਦਾ ਕੀ ਹਿਸਾਬ ਕਿਤਾਬ ਹੈ, ਇਹਦੇ ਕੋਲ ਕਿੰਨਾ ਦੁੱਧ ਹੈ? ਇਹਦੇ ਕੋਲ ਦੁੱਧ ਹੈ ਤਕਰੀਬਨ 6 ਕਿਲੋ। ਤਕਰੀਬਨ ਦੋਵਾਂ ਵੇਲਿਆਂ ਦਾ? ਦੋਵਾਂ ਵੇਲਿਆਂ। ਇਹ ਮੱਝ ਨੰਬਰ 2 ਕੋਲ ਕਿੰਨਾ ਦੁੱਧ ਹੈ? 8 ਕਿਲੋ। ਇਹ ਜੀ ਇੱਕ ਕੋਲ 7 ਕਿਲੋ ਦੁੱਧ ਹੈ, ਇੱਕ ਕੋਲ 8 ਕਿਲੋ ਦੁੱਧ ਹੈ।
ਤੇ ਇਹਦੇ ਕੋਲ ਚਾਚਾ ਜੀ 6 ਕਿਲੋ ਇਹਦੇ ਕੋਲ 6 ਕਿਲੋ ਦੋਵੇਂ ਟਾਈਮ ਮਿਲਦੀਆਂ ਚਾਚਾ ਜੀ ਇੱਧਰ ਲਾਓ ਨਾ ਪਾੜੇ ਤੇ ਦੋਵੇਂ ਟਾਈਮ ਪਾੜੇ ਤੇ ਇਹ ਦੋਵੇਂ ਟਾਈਮ ਪਾੜੇ ਤੇ ਮਿਲਦੀਆਂ ਨੇ ਜੀ ਦੋਵੇਂ ਟਾਈਮ ਅਗਰ ਅਸੀਂ ਚੁਆਈਏ ਤੇ ਚੁਆ ਕੇ ਦਿਓਗੇ ਦੁੱਧ ਪੂਰਾ ਕਰਾਓਗੇ ਦੁੱਧ ਪੂਰਾ ਕਰਾਵਾਂਗੇ ਠੀਕ ਹੋ ਗਿਆ ਜੀ ਅੱਛਾ ਚਾਚਾ ਜੀ ਇਹਨਾਂ ਦੀ ਨਾ ਮੱਝ ਨੰਬਰ 1 ਤੋਂ ਸ਼ੁਰੂ ਕਰ ਲਓ ਕਿ ਮੱਝ ਨੰਬਰ 1 ਦੇ ਕਿੰਨੇ ਪੈਸੇ ਨੇ ਫਾਈਨਲ ਜਿਹੜੇ ਆਪਾਂ ਲੈ ਲੈਣੇ ਨੇ ਮਕੂਲ ਜਿਹਾ 1,35,000 ਮੇਰਾ ਭਾਈ ਕਹਿ ਰਿਹਾ ਜੀ ਮੱਝ ਨੰਬਰ 1 ਦਾ ਕੈਮਰਾਮੈਨ ਸਾਹਿਬ ਮੱਝ ਨੰਬਰ 2 ਵਿਖਾਓ ਅੱਛਾ ਜੀ ਮੱਝ ਨੰਬਰ 2 ਦੇ ਕਿੰਨੇ ਪੈਸੇ ਨੇ ਬੂਰੇ ਰੰਗ ਦੀ ਦੇ ਕੈਮਰਾ ਇੱਧਰ ਲਾਓ ਨਾ ਇੱਧਰ ਲਾਓ ਬਸ ਮੱਝ ਨੰਬਰ 2 ਦੇ ਕਿੰਨੇ ਪੈਸੇ ਨੇ 1,45,000 ਜੀ ਇਹ ਬੂਰੇ ਰੰਗ ਦੀ ਮੱਝ ਤੁਹਾਨੂੰ ਜਿਹੜੀ ਦਿਖਾਈ ਹੈ ਇਹਦਾ ਮੇਰਾ ਭਾਈ 1,45,000 ਕਹਿ ਰਿਹਾ ਨੇ 8 ਕਿਲੋ ਦੁੱਧ ਦੇਣਗੇ ਚੁਆ ਕੇ ਦੋਵੇਂ ਟਾਈਮ ਅਤੇ ਮੱਝ ਨੰਬਰ 3 ਤੇ ਲਾਓ ਜੀ ਕਾਲੇ ਰੰਗ ਦੀ ਤੇ ਗੱਬਣ 'ਤੇ ਲਓ ਜੀ ਇਹ ਮੱਝ ਨੰਬਰ 3 ਨੇ ਇੱਧਰ ਲਾਓ ਜੀ ਹੁਣ ਚਾਚਾ ਜੀ ਇਹ ਮੱਝ ਨੰਬਰ 3 ਨੇ ਜਿਹੜੀ ਤੁਸੀਂ ਕਹਿ ਰਹੇ ਜੀ 5 ਮਹੀਨਿਆਂ ਦੀ ਗੱਬਣ ਹੈ ਅਤੇ ਇਹਦੇ ਕੋਲ ਕਿੰਨਾ ਦੁੱਧ ਹੈ 7 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਟਾਈਮ ਇਹ ਭਾੜੇ 'ਤੇ ਮਿਲਦੀਆਂ ਨੇ ਕਿਸ ਚੀਜ਼ 'ਤੇ ਮਿਲਦੀਆਂ ਨੇ ਇਹ ਜੀ ਦੋਸਤੋ ਭਾੜੇ 'ਤੇ ਮਿਲਦੀਆਂ ਨੇ ਤਿੰਨੇ ਟਾਈਮ ਅਤੇ 5 ਮਹੀਨਿਆਂ ਦੀ ਮੱਝ ਨੰਬਰ 3 ਗੱਬਣ ਹੈ ਇਹਦੇ ਫਾਈਨਲ ਜਾਂ ਕਿੰਨੇ ਪੈਸੇ ਨੇ 1,50,000 ਇਹਦਾ 1,50,000 ਹੈ ਜੀ ਠੀਕ ਹੋ ਗਿਆ ਜੀ ਇਹਦੀ ਕੀਮਤ ਪੁੱਛੀ ਆਪਾਂ ਅੱਗੇ ਹਾਂਜੀ ਠੀਕ ਹੋ ਗਿਆ ਜੀ 1,45,000 ਠੀਕ ਹੋ ਗਿਆ ਜੀ ਮੈਂ ਦੋਸਤੋ ਉਮੀਦ ਕਰਨਾ ਕਿ ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਵੇਗੀ ਅਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਾਉਨ ਦੇ ਬਟਨ 'ਤੇ ਮਾਰੋ ਹੱਥ ਤਾਂ ਕਿ ਮੇਰੀ ਅਗਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਅਤੇ ਤੁਸੀਂ ਵੇਖ ਸਕੋ ਮਿਲਨੇ ਅਗਲੀ ਵੀਡੀਓ ਦੇ ਵਿੱਚ ਇੱਕ ਮਿੰਟ ਮਿਲਨੇ ਅਗਲੀ ਵੀਡੀਓ ਦੇ ਵਿੱਚ ਮੇਰਾ ਨੰਬਰ ਹੈ 0304 79 ਪੂਰਾ 776 ਅਤੇ ਵਟਸਐਪ ਨੰਬਰ ਮੇਰਾ 0301 41 38 276 ਇਹ ਮੇਰਾ ਵਟਸਐਪ ਨੰਬਰ ਹੈ ਜੀ ਅਗਰ ਕਿਸੇ ਭਾਈ ਨੂੰ ਇਹ ਮੱਝਾਂ ਚਾਹੀਦੀਆਂ ਹੋਣ ਤਾਂ ਆਪਾਂ ਇਹ ਮੱਝਾਂ ਰੋਕ ਲਾਂਗੇ ਅਤੇ ਮੇਰੇ ਨਾਲ ਫੋਨ 'ਤੇ ਭਾਈ ਰਾਬਤਾ ਕਰ ਲੈਣ ਪਾਕਿਸਤਾਨ ਜ਼ਿੰਦਾਬਾਦ